ਸੁਰਿੰਦਰ ਸਿੰਘ, ਅਸੀਂ ਅੰਮ੍ਰਿਤਸਰ ਤੋਂ ਇਹ ਚਗਾਵਾਂ ਬਲਾਕ ਪ੍ਰਧਾਨ ਹਾਂ ਜੀ, ਮੈਂ ਕਲੇਰ ਪਿੰਡ ਆ ਮੇਰਾ। ਸਾਡਾ ਨੁਕਸਾਨ ਜਿਹੜਾ ਵਾ, ਅਸੀਂ ਸ਼ਾਂਤਮਈ ਦੇ ਨਾਲ ਬਿਲਕੁਲ ਇੱਥੇ ਬੈਠੇ ਹਾਂ ਆਪਣੀਆਂ ਟਰਾਲੀਆਂ ਦੇ ਵਿੱਚ, ਅਤੇ ਕੋਈ ਹੁੰਡਰਬਾਜ਼ ਜਿਹੜੇ ਨੇ, ਹੁੰਡਰਬਾਜ਼ਾਂ ਨੇ ਪਤਾ ਨਹੀਂ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਵੀ RSS ਦੇ ਵਿੱਚ ਨਾ ਜਿਹੜੇ ਸਾਡੇ ਬੰਦੇ ਛੱਡੇ, ਉਹਨਾਂ ਨੇ ਸਾਡਾ ਨੁਕਸਾਨ ਕਰਵਾਇਆ। ਸਾਡਾ ਘੱਟ ਤੋਂ ਘੱਟ ਵੀ ਇੱਥੇ 15-20 ਟਰੈਕਟਰ ਆ ਜਿਹੜੇ ਬਿਲਕੁਲ ਹੀ ਨੁਕਸਾਨ ਕਰ ਗਏ ਆ, ਜਿਨ੍ਹਾਂ ਦੇ ਉੱਤੇ 20-25-30 ਹਜ਼ਾਰ ਰੁਪਇਆ ਟਰੈਕ। ਉਰੇ ਤੁਸੀਂ ਕਿਸਾਨ ਉਰੇ ਖੜ੍ਹੇ ਸੀ ਤੁਸੀਂ ਉਰੇ, ਉਸ ਤੋਂ ਬਾਅਦ ਫਿਰ ਉਹ ਉੱਧਰ ਦਾ ਜਿਹੜੀ ਉਹ ਬਿਲਕੁਲ ਜਿਹੜੀ ਪੁਲਿਸ ਉਹ ਇੱਧਰ ਆ ਕੇ ਆਪ ਨੁਕਸਾਨ ਕਰਕੇ ਗਈ ਆ ਜੀ। ਸਾਡਾ ਕੋਈ ਕਿਸਾਨ ਇੱਥੋਂ ਉੱਠ ਕੇ ਨਹੀਂ ਗਿਆ, ਅਸੀਂ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਸਾਰੇ ਜਿੰਨੇ ਕਿਸਾਨ ਆ ਸਾਰੇ ਬੈਠੇ ਆ ਜੀ। ਸਾਡੀਆਂ ਆਪਣੀਆਂ ਮੀਟਿੰਗਾਂ ਚੱਲਣ ਡੀਆਂ ਨੇ ਬਿਲਕੁਲ, ਅਸੀਂ ਸ਼ਾਂਤਮਈ ਦੇ ਨਾਲ। ਇਹਨੂੰ ਇੱਕ ਘੰਟਾ ਹੋਇਆ ਜੀ, ਅਜੇ ਇੱਕ ਘੰਟਾ ਹੋ ਚੁੱਕਾ। ਕੀ ਨਾਮ ਆ ਤੁਹਾਡਾ ਅਤੇ ਕੀ ਹਾਲਾਤ ਬਣੇ? ਮੇਰਾ ਨਾਮ ਮਨਜੀਤ ਸਿੰਘ ਹੈ ਭਾਅ ਜੀ। ਹਾਲਾਤ ਬਹੁਤ ਬੇਕਾਰ ਹੈ, RSS ਲਾ ਲਓ, ਆਰਮੀ ਲਾ ਲਓ, ਜਾਂ ਖੱਟਰ ਸਰਕਾਰ ਦੀ ਆਰਮੀ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਸਰਕਾਰ। ਪੰਜਾਬ ਦੇ ਨੌਜਵਾਨ ਬੈਠੇ ਸੀ, ਸ਼ਾਂਤੀਮਈ ਮਾਹੌਲ ਸੀਗਾ ਸਰ। ਇਹਨਾਂ ਨੇ ਬਹੁਤ ਘੱਟੋ ਘੱਟ ਇੱਥੋਂ 200-250 ਕਿਲੋਮੀਟਰ 100 ਮੀਟਰ ਦੇ ਉੱਪਰ ਪਿੱਛੇ ਜਾ ਕੇ ਖੋਲ ਖਾਲੀ ਕੀਤੇ ਆ, ਜੋ 12 ਬੋਰ ਦੇ ਆ ਭਾਅ ਜੀ। ਉੱਥੇ ਚੱਲ ਕੇ ਸਾਨੂੰ ਉੱਥੋਂ ਖੋਲ ਮਿਲਿਆ ਭਾਅ ਜੀ, ਸਾਨੂੰ 12 ਬੋਰ ਦੇ ਖੋਹ ਆ। ਬਹੁਤ ਪਿੱਛੇ ਜਾ ਕੇ ਗੋਲੀਆਂ ਚਲਾਈਆਂ ਨੇ, ਜਿਹਦੇ ਵਿੱਚ ਘੱਟੋ ਘੱਟ 3-4 ਮੈਂ ਕਹਿ ਸਕਦਾ ਵੀ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਸਰ ਜੀ। ਤੇਰਾਂ ਤਰੀਕ ਤੋਂ ਬਾਈ ਜੀ ਉਰੀ ਖੜੀ ਸੀ, ਇੱਥੇ ਰੋਕ ਇਸ ਤੋਂ ਅੱਗੇ ਜਾ ਕੇ ਨੌਜਵਾਨ ਬੈਠ ਜਾਂਦੇ ਸੀ, ਪਰ ਕਿਸੇ ਨੇ ਕੋਈ ਅੱਲੜ ਖੁੱਲੜਬਾਜ਼ੀ ਨਹੀਂ ਕੀਤੀ ਹੈਗੀ ਇੱਥੇ ਜੀ। ਬਾਈ ਜੀ ਤਕਰੀਬਨ ਜਦੋਂ ਅਥਰੂ ਚੱਲੇ ਆ, ਅਸੀਂ ਥੋੜ੍ਹਾ ਜਿਹਾ ਪਿੱਛੇ ਸੀਗੇ, ਫਿਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਤਾਂ ਬਾਅਦ 'ਚ ਆਏ ਹਾਂ, ਪਰ 1 ਘੰਟਾ ਤਕਰੀਬਨ 1.25 ਘੰਟਾ ਉਰੇ ਪ੍ਰੋਸੈਸ ਚੱਲਦਾ ਰਿਹਾ। ਉਹਨਾਂ ਨੇ ਬਹੁਤ ਪਿੱਛੇ ਜਾ ਕੇ ਟਰੈਕਟਰਾਂ ਦਾ ਸਾਰਾ ਨੁਕਸਾਨ ਕਰ ਦਿੱਤਾ, ਟੈਂਕੀਆਂ ਦੇ ਵਿੱਚ ਖੰਡ ਤੋਂ ਨਮਕ ਵਿੱਚ ਸੁੱਟਿਆ ਗਿਆ ਸਾਰਾ ਸਮਾਨ ਵਿੱਚ। 2-4 ਮੁੰਡੇ ਦੱਸੇ ਜਾਂਦੇ ਨੇ ਵੀ ਇਹ ਚੱਕ ਕੇ ਵੀ ਜਾਏਗੇ। ਹਾਂਜੀ ਘੱਟੋ ਘੱਟ ਬਾਈ ਜੀ 80-90 ਟਰੈਕਟਰਾਂ ਦਾ ਨੁਕਸਾਨ ਦੱਸਦੇ ਆ, ਅਸੀਂ ਦੇਖਿਆ ਸਾਰਾ ਕੁਛ ਬਹੁਤ ਨੁਕਸਾਨ। 3 ਮੁੰਡਿਆਂ ਦੀਆਂ ਲੱਤਾਂ ਵੀ ਟੁੱਟੀਆਂ ਨੇ, ਬੋਰੀਆਂ ਦੇ ਵਿੱਚ ਪਾ ਕੇ ਚੁੱਕ ਕੇ ਲਿਜਾਂਦੇ ਦੇਖੇ ਅਸੀਂ। ਫਿਰ ਇੱਥੇ ਬਾਅਦ 'ਚ ਉਦੋਂ ਬਾਅਦ ਸ਼੍ਰੀ ਰਾਮ ਦੇ ਜੈਕਾਰੇ ਵੀ ਲਾਇਕ ਲੱਗੇ ਗਏ ਨੇ, ਬਹੁਤ ਨੁਕਸਾਨ ਕੀਤਾ, ਬਹੁਤ ਜ਼ਿਆਦਾ ਨੁਕਸਾਨ।